ਅੱਜ ਸਾਰੀਆਂ ਖ਼ਬਰਾਂ ਦੇ ਵਿੱਚ ਬਹੁਤ ਵੱਡੇ ਵੱਡੇ ਇਸ਼ਤਿਹਾਰ ਆਏ ਆ ਇਸ਼ਤਿਹਾਰ ਦੇ ਉੱਤੇ ਲਿਖਿਆ ਐਟ ਯੋਰ ਸਰਵਿਸ ਇਹ ਇਸ਼ਤਿਹਾਰ ਪੰਜਾਬ ਸਰਕਾਰ ਨੇ ਦਿੱਤਾ ਇਹਦੇ ਵਿੱਚ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸਾਰੇ ਪੰਜਾਬੀਆਂ ਨੂੰ ਅਪੀਲ ਕਰ ਰਹੇ ਆ ਉਹਨਾਂ ਜਿਹੜਾ ਸੁਨੇਹਾ ਆਪਣਾ ਸਾਰੇ ਪੰਜਾਬੀਆਂ ਵਾਸਤੇ ਆ ਮਾਈ ਡੀਅਰ ਫੈਲੋ ਪੰਜਾਬੀਜ਼ ਉਹਦੇ ਚ ਉਹਨਾਂ ਕਿਹਾ ਵਾ ਕਿ ਉਹਨਾਂ ਨੂੰ ਪਤਾ ਲੱਗਾ ਵਾ ਕਿ ਲੋਕਾਂ ਦੀਆਂ ਬਹੁਤ ਸਾਰੀਆਂ ਮੁਸ਼ਕਲਾਂ ਜਿਹੜੀਆਂ ਉਹ ਹੱਲ ਨਹੀਂ ਹੋ ਰਹੀਆਂ ਜਿਹੜੇ ਅਧਿਕਾਰੀ ਆ ਡਿਪਾਰਟਮੈਂਟਸ ਆ ਉਹਨਾਂ ਦੇ ਵਿੱਚ ਉਹਨਾਂ ਦੀਆਂ ਮੁਸ਼ਕਲਾਂ ਹੱਲ ਨਹੀਂ ਹੋ ਰਹੀਆਂ ਸੋ ਉਹਨਾਂ ਨੇ ਕਿਹਾ ਵਾ ਉਹ ਇਸ ਵਾਸਤੇ ਇੱਕ ਹੈਲਪਲਾਈਨ ਸ਼ੁਰੂ ਕਰਨ ਲੱਗੇ ਆ ਟੋਲ ਫ੍ਰੀ ਹੈਲਪਲਾਈਨ ਉਦਾਹਰਨ ਨੰਬਰ ਵੀ ਦਿੱਤਾ ਵਾ 1905 1905 ਉਹਨਾਂ ਇਹ ਵੀ ਕਿਹਾ ਕਿ ਜੇ ਕਿਸੇ ਨੂੰ ਕੋਈ ਮੁਸ਼ਕਲ ਆ ਤੇ ਉਹਨਾਂ ਨੂੰ ਈਮੇਲ ਰਾਹੀਂ ਅਪਰੋਚ ਵੀ ਕਰ ਸਕਦਾ ਵਾ ਉਹਨਾਂ ਆਪਣੀ ਈਮੇਲ ਵੀ ਦੱਸੀ ਆ sukhbirbadal2014@gmail.com ਕੀ ਇਹਦੇ ਨਾਲ ਮਸਲਾ ਹੱਲ ਹੋ ਜੂ ਪਹਿਲੀ ਗੱਲ ਤੇ ਵਾ ਕਿ ਇਨਫੈਕਟ ਬੜੀ ਦਿਲਚਸਪ ਗੱਲ ਆ ਕਿ 8 ਸਾਲ ਬਾਅਦ ਉਪ ਮੁੱਖ ਮੰਤਰੀ ਨੂੰ ਸੱਡਨਲੀ ਪਤਾ ਲੱਗਾ ਕਿ ਲੋਕਾਂ ਦੀਆਂ ਮੁਸ਼ਕਲਾਂ ਹੱਲ ਨਹੀਂ ਹੋ ਰਹੀਆਂ ਔਰ ਹੁਣ ਇਹਦੇ ਨਾਲ ਹੱਲ ਹੋ ਜਾਣਗੇ ਮੇਰੇ ਖਿਆਲ ਜਿੰਨੇ ਚਿਰ ਤੱਕ ਬੇਸਿਕ ਜਿਹੜੀਆਂ ਫਾਲਟ ਲਾਈਨਸ ਆ ਜਿਹੜਾ ਨੁਕਸ ਹੈ ਸਿਸਟਮ ਦੇ ਵਿੱਚ ਉਹ ਕਰੈਕਟ ਨਹੀਂ ਹੁੰਦਾ ਮੇਰੇ ਖਿਆਲ ਲੋਕਾਂ ਦੀਆਂ ਮੁਸ਼ਕਲਾਂ ਤੇ ਵਧਣਗੀਆਂ ਹੀ ਹੱਲ ਨਹੀਂ ਹੋ ਸਕਦੀਆਂ ਔਰ ਇਹ ਫਾਲਟ ਲਾਈਨ ਕੀ ਆ ਫਾਲਟ ਲਾਈਨ ਇਹ ਕਿ ਜਿਹੜੇ ਲੋਕੀ ਸੱਤਾ 'ਚ ਆ ਉਹ ਆਪ ਹੀ ਆਪਣੇ ਬਿਜ਼ਨਸ ਚਲਾ ਰਹੇ ਸੋ ਬਾਕੀ ਹੋਰ ਕੰਮ ਲੋਕਾਂ ਦਾ ਕਿਵੇਂ ਹੋ ਜੇ ਸੱਤਾ ਵਾਲੇ ਲੋਕ ਹੀ ਆਪਣੇ ਬਿਜ਼ਨਸ ਜਿਹੜੇ ਆ ਉਹਨਾਂ ਨੂੰ ਬੜਾਵਾ ਦੇ ਰਹੇ ਆ